ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ, ਫਿਰ ਤੋਂ ਬੁੱਕਿਆ ਟਿੱਬਿਆਂ ਦਾ ਪੁੱਲ, ਗੀਤ ਅਟੈਚ ਦੇ ਨਾਲ ਜਿੱਤੇ ਕਰੋੜੋਂ ਦਿਲ। ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਜਿਹੜਾ ਹੈ ਉਹ ਰਿਲੀਜ਼ ਹੋ ਚੁੱਕਿਆ ਹੈ। ਬੇਸਬਰੀ ਦੇ ਨਾਲ ਫੈਨਸ ਨੂੰ ਇੰਤਜ਼ਾਰ ਸੀਗਾ ਕਿ ਟਿੱਬਿਆਂ ਦੇ ਪੁੱਤ ਦਾ ਨਵਾਂ ਗੀਤ ਕਦੋਂ ਰਿਲੀਜ਼ ਹੋਊਗਾ। ਤਦਾਜ਼ੀਏ ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਅਟੈਚ ਰਿਲੀਜ਼ ਹੋ ਚੁੱਕਿਆ ਹੈ। ਕਰੋੜੋਂ ਦਿਲ ਜਿਹੜੇ ਨੇ ਇਸ ਗੀਤ ਨੇ ਅੱਜ ਜਿੱਤ ਲਏ ਨੇ, ਕਿਉਂਕਿ ਅੱਜ ਜਿਹੜਾ ਇਹ ਗੀਤ ਉਹ ਰਿਲੀਜ਼ ਹੋਇਆ ਅਤੇ ਫੈਨਸ ਦੇ ਵੱਲੋਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਪਿਆਰ ਇਸ ਗੀਤ ਨੂੰ ਦਿੱਤਾ ਜਾ ਰਿਹਾ, ਲਗਾਤਾਰ ਜਿਹੜਾ ਕਿ ਫੈਨਸ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਤਾਂ ਇਹ ਜਿਹੜਾ ਤੀਜਾ ਗੀਤ ਸਿੱਧੂ ਦਾ ਰਿਲੀਜ਼ ਹੋਣ ਵਾਲਾ ਹੈ, ਇਸ ਦੇ ਵਿੱਚ ਉਹਨਾਂ ਦੇ ਨਾਲ ਸਟੀਲ ਬੈਂਗਲੇਸ ਫੇਰੇਡੋ ਨਜ਼ਰ ਆਉਣਗੇ। ਤਾਂ ਇਸ ਤੋਂ ਪਹਿਲਾਂ ਡਾਇਲਮਾ ਦੇ ਵਿੱਚ ਉਹਨਾਂ ਦੇ ਨਾਲ ਬ੍ਰਿਟਿਸ਼ ਰੈਪਰ ਸਟੈਫਲ ਡੌਨ ਨਜ਼ਰ ਆਈ ਸੀਗੀ, ਤਾਂ ਇਸ ਵਾਰ ਸਟੀਲ ਬੈਂਗਲੇਸ ਉਹਨਾਂ ਦੇ ਨਾਲ ਨਜ਼ਰ ਆਉਣਗੇ ਇਸ ਗੀਤ ਦੇ ਵਿੱਚ। ਤਾਂ ਇੱਕ ਹੋਰ ਜਿਹੜੀ ਕਿ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰ ਦਈਏ ਕਿ ਇਸ ਦੇ ਵਿੱਚ ਤੁਹਾਨੂੰ ਓਰਿਜਿਨਲ ਸਿੱਧੂ ਮੂਸੇਵਾਲਾ ਦੇਖਣ ਨੂੰ ਮਿਲਣ ਵਾਲਾ ਹੈ। ਕੋਈ ਵੀ AI ਜਨਰੇਟਿਡ ਵੀਡੀਓ ਜਿਹੜੀ ਹੈ ਸਿੱਧੂ ਦੀ ਦੇਖਣ ਨੂੰ ਨਹੀਂ ਮਿਲਣ ਵਾਲੀ, ਓਰਿਜਿਨਲ ਵੀਡੀਓ ਜਿਹੜੀ ਸਿੱਧੂ ਮੂਸੇਵਾਲੇ ਦੀ ਦੇਖਣ ਨੂੰ ਮਿਲੇਗੀ। ਕਿਉਂਕਿ ਇਹ ਗੀਤ ਉਸ ਸਮੇਂ ਦਾ ਰਿਕਾਰਡ ਕੀਤਾ ਗਿਆ ਹੈ ਜਦੋਂ ਸਿੱਧੂ ਇਸ ਦੁਨੀਆ ਦੇ ਵਿੱਚ ਸੀਗਾ। ਅਤੇ ਇੱਕ ਹੋਰ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਹਿਲੀ ਵਾਰ ਕੋਈ ਇਹੋ ਜਿਹਾ ਗੀਤਕਾਰ ਹੋਊਗਾ ਜਿਸਨੂੰ ਉਸਦੀ ਮੌਤ ਤੋਂ ਬਾਅਦ ਵੀ ਇੰਨਾ ਪਿਆਰ ਜਿਹੜਾ ਕਿ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਤਾਂ ਤੁਸੀਂ ਵੀ ਜ਼ਰੂਰ ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਟਿੱਬਿਆਂ ਦੇ ਪੁੱਤ ਦਾ ਇਹ ਗੀਤ ਅਟੈਚ ਕਿਵੇਂ ਦਾ ਲੱਗਿਆ। ਤਾਂ ਇਸ ਸਮੇਂ ਦੀ ਜਿਹੜੀ ਵੱਡੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਅਟੈਚ ਜਿਹੜਾ ਹੈ ਉਹ ਰਿਲੀਜ਼ ਹੋ ਚੁੱਕਿਆ ਹੈ। ਬੇਸਬਰੀ ਦੇ ਨਾਲ ਫੈਨਸ ਨੂੰ ਇੰਤਜ਼ਾਰ ਸੀਗਾ ਕਿ ਟਿੱਬਿਆਂ ਦੇ ਪੁੱਤ ਦਾ ਨਵਾਂ ਗੀਤ ਕਦੋਂ ਰਿਲੀਜ਼ ਹੋਊਗਾ। ਤਦਾਜ਼ੀਏ ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਅਟੈਚ ਰਿਲੀਜ਼ ਹੋ ਚੁੱਕਿਆ ਹੈ। ਕਰੋੜੋਂ ਦਿਲ ਜਿਹੜੇ ਨੇ ਇਸ ਗੀਤ ਨੇ ਅੱਜ ਜਿੱਤ ਲਏ ਨੇ, ਕਿਉਂਕਿ ਅੱਜ ਜਿਹੜਾ ਇਹ ਗੀਤ ਉਹ ਰਿਲੀਜ਼ ਹੋਇਆ ਅਤੇ ਫੈਨਸ ਦੇ ਵੱਲੋਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਪਿਆਰ ਇਸ ਗੀਤ ਨੂੰ ਦਿੱਤਾ ਜਾ ਰਿਹਾ, ਲਗਾਤਾਰ ਜਿਹੜਾ ਕਿ ਫੈਨਸ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ। ਤਾਂ ਇਹ ਜਿਹੜਾ ਤੀਜਾ ਗੀਤ ਸਿੱਧੂ ਦਾ ਰਿਲੀਜ਼ ਹੋਣ ਵਾਲਾ ਹੈ, ਇਸ ਦੇ ਵਿੱਚ ਉਹਨਾਂ ਦੇ ਨਾਲ ਸਟੀਲ ਬੈਂਗਲੇਸ ਫੇਰੇਡੋ ਨਜ਼ਰ ਆਉਣਗੇ। ਤਾਂ ਇਸ ਤੋਂ ਪਹਿਲਾਂ ਡਾਇਲਮਾ ਦੇ ਵਿੱਚ ਉਹਨਾਂ ਦੇ ਨਾਲ ਬ੍ਰਿਟਿਸ਼ ਰੈਪਰ ਸਟੈਫਲ ਡੌਨ ਨਜ਼ਰ ਆਈ ਸੀਗੀ, ਤਾਂ ਇਸ ਵਾਰ ਸਟੀਲ ਬੈਂਗਲੇਸ ਉਹਨਾਂ ਦੇ ਨਾਲ ਨਜ਼ਰ ਆਉਣਗੇ ਇਸ ਗੀਤ ਦੇ ਵਿੱਚ। ਤਾਂ ਇੱਕ ਹੋਰ ਜਿਹੜੀ ਕਿ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰ ਦਈਏ ਕਿ ਇਸ ਦੇ ਵਿੱਚ ਤੁਹਾਨੂੰ ਓਰਿਜਿਨਲ ਸਿੱਧੂ ਮੂਸੇਵਾਲਾ ਦੇਖਣ ਨੂੰ ਮਿਲਣ ਵਾਲਾ ਹੈ। ਕੋਈ ਵੀ AI ਜਨਰੇਟਿਡ ਵੀਡੀਓ ਜਿਹੜੀ ਹੈ ਸਿੱਧੂ ਦੀ ਦੇਖਣ ਨੂੰ ਨਹੀਂ ਮਿਲਣ ਵਾਲੀ, ਓਰਿਜਿਨਲ ਵੀਡੀਓ ਜਿਹੜੀ ਸਿੱਧੂ ਮੂਸੇਵਾਲੇ ਦੀ ਦੇਖਣ ਨੂੰ ਮਿਲੇਗੀ। ਕਿਉਂਕਿ ਇਹ ਗੀਤ ਉਸ ਸਮੇਂ ਦਾ ਰਿਕਾਰਡ ਕੀਤਾ ਗਿਆ ਹੈ ਜਦੋਂ ਸਿੱਧੂ ਇਸ ਦੁਨੀਆ ਦੇ ਵਿੱਚ ਸੀਗਾ। ਅਤੇ ਇੱਕ ਹੋਰ ਵੀ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਹਿਲੀ ਵਾਰ ਕੋਈ ਇਹੋ ਜਿਹਾ ਗੀਤਕਾਰ ਹੋਊਗਾ ਜਿਸਨੂੰ ਉਸਦੀ ਮੌਤ ਤੋਂ ਬਾਅਦ ਵੀ ਇੰਨਾ ਪਿਆਰ ਜਿਹੜਾ ਕਿ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਤਾਂ ਤੁਸੀਂ ਵੀ ਜ਼ਰੂਰ ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਟਿੱਬਿਆਂ ਦੇ ਪੁੱਤ ਦਾ ਇਹ ਗੀਤ ਅਟੈਚ ਕਿਵੇਂ ਦਾ ਲੱਗਿਆ।